ਹੁਸ਼ਿਆਰਪੁਰ ਪੁਲਿਸ ਨੇ ਸਾਲ 2008 ਵਿੱਚ ਹੋਏ ਇੱਕ ਔਰਤ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਚੱਬੇਵਾਲ ਦੇ ਡੀਐਸਪੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਮੁੱਖ ਦੋਸ਼ੀ ਸੰਦੀਪ ਦੇ ਮ੍ਰਿਤਕਾ ਰੀਨਾ ਨਾਲ ਨਾਜਾਇਜ਼ ਸੰਬੰਧ ਸਨ ਅਤੇ ਰੀਨਾ ਸੰਦੀਪ ਤੋਂ ਪੈਸੇ ਦੀ ਡਿਮਾਂਡ ਕਰਦੀ ਸੀ। ਪੁਲਿਸ ਮੁਤਾਬਿਕ ਸੰਦੀਪ ਨੇ ਆਪਣੇ ਦੋ ਹੋਰ ਸਾਥੀਆਂ ਨੂੰ ਸੁਪਾਰੀ ਦੇ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਤਿੰਨ ਅਜਿਹੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਹੜਾ ਕਿ ਮੁੰਡਾ ਸੰਦੀਪ ਕੁਮਾਰ ਜਿਹੜਾ ਬਬਲੂ ਜਿਹੜਾ ਖਨੌੜੇ ਪਿੰਡ ਦਾ ਹੀ ਰਹਿਣ ਵਾਲਾ ਸੀਗਾ, ਇਹਦੇ ਨਾਲ ਉਸ ਜਨਾਨੀ ਦੇ ਨਜਾਇਜ਼ ਸੰਬੰਧ ਚੱਲੇ ਆ ਰਹੇ ਸੀਗੇ, ਜਿਹਦੇ ਕਰਕੇ ਉਹ ਚਾਹੁੰਦੀ ਸੀ ਵੀ ਮੈਨੂੰ ਕੁਛ ਨਾ ਕੁਛ ਮੈਨੂੰ ਦਵੇ, ਕਿਉਂਕਿ ਗਰੀਬ ਕਰਦੀ ਸੀ, ਇਹਦੇ ਕੋਲ ਪੈਸੇ ਦੀ ਮੰਗ ਕਰਦੀ ਸੀ। ਲੇਕਿਨ ਇਹ ਗੱਲ ਤੋਂ ਇਹ ਇਨਕਾਰੀ ਸੀ ਵੀ ਮੈਂ ਕੁਛ ਨਹੀਂ ਦੇਣਾ ਹੈਗਾ, ਜਿਹਦੇ ਆਧਾਰ 'ਤੇ ਇਹਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਰਜਿੰਦਰ ਕੁਮਾਰ ਉਰਫ ਰਿੱਕੀ ਅਤੇ ਦੂਸਰਾ ਹੈਗਾ ਸੀ ਇਹ ਗੁਰਵਿੰਦਰ ਸਿੰਘ ਨਾਲ ਮਿਲ ਕੇ ਉਹਨਾਂ ਨੂੰ 20-20 ਹਜ਼ਾਰ ਰੁਪਏ ਦੀ ਡਿਮਾਂਡ ਦੇ ਕੇ ਵੀ 20-20 ਹਜ਼ਾਰ ਰੁਪਈਆ ਤੁਹਾਨੂੰ ਮੈਂ ਇਸ ਕੰਮ ਦਾ ਦਿਆਂਗਾ, ਇਹਦਾ ਕਤਲ ਕਰ ਦਿੱਤਾ ਜਾਵੇ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ 'ਚ ਦੋਸ਼ੀ ਰਾਜਿੰਦਰ ਨੇ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਕਈ ਲੁੱਟ ਖਸੁੱਟ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦੇ ਚੁੱਕਿਆ ਹੈ। ਰਜਿੰਦਰ ਉਰਫ ਰਿੱਕੀ ਹੈਗਾ ਮੁੰਡਾ, ਜਦੋਂ ਇਹ ਕਤਲ ਕਰ ਲਿਆ ਉਸ ਥੋੜਾ ਦਿਲ ਵੱਧ ਜਾਂਦਾ ਬੰਦੇ ਦਾ, ਇਹ ਸੱਤਰ ਦਿਮਾਗ ਦਾ ਹੈਗਾ, ਇਹਨੇ ਆਪਣੇ ਦੋ ਮੁੰਡੇ ਹੋਰ ਨਾਲ ਲੈ ਕੇ ਅਤੇ ਆਮ ਜਿਹੜਾ ਇੱਕ ਸਿਮਰਨਜੀਤ ਸਿੰਘ ਉਰਫ ਸੀਮਾ ਅਤੇ ਇੱਕ ਨਿਰਮਲ ਜੱਸੀ ਦੇ ਨਾਲ ਲੈ ਕੇ ਮੋਟਰਸਾਈਕਲ ਲੈ ਕੇ ਆਪਣਾ ਅਤੇ ਕਾਫੀ 14 ਦੇ ਕਰੀਬ ਵਾਰਦਾਤਾਂ ਇਹਨਾਂ ਲੁੱਟਾਂ ਖੋਹਾਂ ਦੀਆਂ ਜਿਹੜੀਆਂ ਅੰਜਾਮ ਦਿੱਤਾ ਹੈ। ਫਿਲਹਾਲ ਪੁਲਿਸ ਨੇ ਇਸ ਮਾਮਲੇ 'ਚ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਹੁਣ ਪੁਲਿਸ ਰਾਜਿੰਦਰ ਦੇ ਹੋਰ ਸਾਥੀਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ।